ਹਾਂ ਇਹ ਉਹ ਅੰਜ ਕਰਕੇ ਮਾਰਦੇ ਆਂਦਣਾ ਬਨੇ ਆ ਚੰਨੀ ਓਏ ਹੋ ਅੱਲਾ ਬੜਾ ਓਕਾ ਬਕਾ ਦੇ ਉਹਦੀ ਇਹ ਵਜ੍ਹਾ ਕਿਹਦੇ ਟੀ ਪੈਣ ਰਿਤੇ ਉਹਦੀ ਬੜੀ ਇੱਜ਼ਤ ਕਰਦੇ ਆ ਇਹਦਾ ਜੁਆਈ ਹਾਂ ਲਗਾ ਉਹਨਾਂ ਦੇ ਚੈੱਕ ਕੋ ਕੋੜੀ ਇਹ ਤੇ ਉਹ ਕੋੜੀ ਦੇ ਬਾਕੇ ਭਾਏ ਮੁਸਲਮਾਨਾਂ ਦਾ ਜੁਆਈ ਹੈ ਤੇ ਪੰਜ ਗਾਇਬ ਨੇ ਇੱਥੇ ਕਿਸੇ ਬੰਦੇ ਉਹਨਾਂ ਨੇ ਨਹੀਂ ਮਾਰ ਤੁਸੀਂ ਮਾਰਿਆ ਤੇ ਨਹੀਂ ਤੁਹਾਡੇ ਵੱਡੇ ਬਡੇਰਿਆਂ ਕਿਸੇ ਬੰਦੇ ਨੇ ਉਹਨਾਂ ਨੂੰ ਛੁਕ ਜਾ ਕੇ ਆਪ ਤੈਹਨ ਪੀਪਲ ਵਾਲਾ ਇੱਕ ਮਾਲੀ ਵਾਲਾ ਮਾਲੀ ਵਾਲਾ ਆ ਦੋ 베ਰੀ ਵਾਲੇ 베ਰੀ ਵਾਲੇ ਠੀਕ ਹੈ ਠੀਕ ਹੈ ਇੱਕ ਬਾਈਆਂ ਵਾਲਾ ਅੱਛਾ ਇੱਕ ਚੱਠਿਆਂ ਵਾਲਾ ਚੱਠਿਆਂ ਵਾਲਾ ਠੀਕ ਹੈ ਇੱਕ ਸਾਈਆਂ ਵਾਲਾ ਵਾਹ ਜੀ ਵਾਹ ਤੇ ਬਾਬੇ ਹੁੰਦੇ ਹਣ 16 ਵਾਲੇ ਖੂਤੇ ਜਿੱਥੇ ਚੌਹਤ ਜਵਾਰ ਸਿੰਘ ਜਵਾਰ ਸਿੰਘ ਮੱਖਣ ਸਿੰਘ ਮੱਖਣ ਸਿੰਘ ਬਹਾਦਰ ਸਿੰਘ ਬਹਾਦਰ ਸਿੰਘ ਆ ਫਕੀਰ ਸਿੰਘ ਇਹ ਇਹਨਾਂ ਦੀ ਬਰਾਦਰੀ ਕਿਹੜੀ ਸੀ ਕੌਮ ਕਿਹੜੀ ਸੀ ਇਹ ਮੱਟੂ ਹੀ ਸੰਸਾਰ ਮੱਟੂ ਜੱਟ ਖਜਾਨ ਸਿੰਘ ਹੁੰਦਾ ਸੀ ਅੱਛਾ ਤੇ ਉਹ ਵੀ ਬਹੁਤ ਲਾਇਕ ਆਦਮੀ ਸੀ ਸਾਰੇ ਪਿੰਡ ਦਾ ਚੌਥਾ ਹੈ ਸਰ ਦਾ ਮਾਲਕ ਖਜਾਨ ਸਿੰਘ ਖਜਾਨ ਸਿੰਘ ਉਹਨਾਂ ਦਾ ਕਿਹੜਾ ਡੇਰਾ ਸੀ ਉਹਨਾਂ ਦਾ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਕੀ ਹਾਲ ਹੈ ਬਜ਼ੁਰਗੋ ਠੀਕ ਹੋ ਅੱਲਾ ਪਾਕ ਦੀਆਂ ਬੜੀਆਂ ਰਹਿਮਤਾਂ ਕੀ ਨਾਂ ਹੈ ਆਪਣਾ ਇਨਾਇਤ ਮਾਮਾ ਇਨਾਇਤ ਮਾਮਾ ਤੇ ਅੱਬਾ ਜੀ ਦਾ ਅੱਲਾ ਬਦਾਇਆ ਅੱਲਾ ਬਦਾਇਆ ਤੇ ਦਾਦੇ ਦਾ ਅਲਾਦੀਨ ਅਲਾਦੀਨ ਤੇ ਆਪਣੀ ਕਿਹੜੀ ਕੌਮ ਹੈ ਅਰਾਈ ਰਾਈ ਤੇ ਕੋਈ ਗੋਤਛੋਤ ਵੀ ਹੁੰਦੀ ਹੈ ਜਿਵੇਂ ਹੁੰਦੀ ਹੈ ਨਹੀਂ ਜੀ ਗੋਤਾਛਤਾ ਵੈ ਸਾਡੇ ਨੂੰ ਜੀ ਪਤਾ ਠੀਕ ਹੋ ਗਿਆ ਤੇ ਅਸੀਂ ਕਿਹੜੇ ਪਿੰਡ ਚ ਬੈਠੇ ਆ ਇਸ ਟਾਈਮ ਮਟਮ ਮਟਮ ਤੇ ਇਹਦੀ ਤਹਿਸੀਲ ਕਿਹੜੀ ਵਜੀਰਾਬਾਦ ਤੇ ਜ਼ਿਲ੍ਹਾ ਗੁਜਰਾں ਇਹਦੇ ਮਟਮ ਦੇ ਆਲੇ ਦੁਆਲੇ ਕੋ ਦੋ ਚਾਰ ਪਿੰਡਾਂ ਦੇ ਦੱਸੋ ਲਾਂ ਕਿ ਚੜਦੇ ਕਿਹੜਾ ਲਹਿੰਦੇ ਕਿਹੜਾ ਦੱਖਣ ਕਿਹੜਾ ਪਹਾੜ ਕਿਹੜਾ ਅੱਛਾ ਜੀ ਆ ਦੱਸੋ ਸਾਨੂੰ ਦੱਖਣ ਤੇ ਹੋ ਗਿਆ ਚੌੜਾ ਚੌੜਾ ਠੀਕ ਹੈ ਪਹਾੜਿਆਲਾ ਹੋਇਆ ਚੜਦੇ ਠੀਕ ਹੈ ਤੇ ਜੌੜਾ ਸਿਆਣ ਠੀਕ ਹੈ ਸਿਆਣਾ ਦਾ ਜੋੜਾ ਹਾਂ ਠੀਕ ਹੈ ਇਹ ਤੇ ਲੈਂਦੇ ਹਾਂ ਲੈਂਦੇ ਕਿਹੜਾ ਪਿੰਡ ਹੈ ਇੱਧਰ ਸਾਦਾ ਆ ਗਿਆ ਉਹ ਚੋਰਾ ਨਹੀਂ ਆ ਲੈ ਜਿਨ੍ਹਾਂ ਨੂੰ ਪੁਰਾਣਾ ਨਾਮ ਚੋਰਾਾਂ ਵਾਲੀ ਚੋਰਾਾਂ ਵਾਲੀ ਠੀਕ ਹੋ ਗਿਆ ਤੇ ਇਹ ਜਿਹੜਾ ਅੱਜ ਅਸੀਂ ਨਾ 47 ਦੇ ਟਾਈਮ ਦੀਆਂ ਗੱਲਾਂ ਕਰਨੀਆਂ ਨੇ ਕੋਈ ਪੁਰਾਣੀਆਂ ਜੀ ਜੀ ਇਹ ਜਿਹੜਾ ਪਿੰਡ ਏ ਮਟਮ ਜੀ ਇਹ ਜਦੋਂ 47 ਹੋਈ ਏ ਪਾਕਿਸਤਾਨ ਤੇ ਇੰਡੀਆ ਪੰਜਾਬ ਦੀ ਵੰਡ ਹੋਈ ਏ ਜੀ ਉਦੋਂ ਇਹ ਕਿੱਡਾ ਕੋ ਪਿੰਡ ਸੀ ਕਿੰਨੇ ਕੋ ਘਰ ਸਨ ਇੱਥੇ ਇਹ ਜੇ ਕਿਰੇਬਾਣਾ ਕੋ 60 70 ਕਾ 60 70 ਕਾ ਤੇ ਇਸ ਪਿੰਡ ਚ 47 ਤੋਂ ਪਹਿਲਾਂ ਲੰਬੜਦਾਰ ਕੌਣ ਸੀ? ਹਰੀ ਹਰੀ ਸਿੰਘ ਹਰੀ ਸਿੰਘ ਸਿੱਖ ਸਨ ਸਿੱਖ ਸੀ ਉਹਨਾਂ ਦਾ ਕਿੱਥੇ ਕਰਕੇ ਡੇਰਾ ਢੂਰਾ ਕਿੱਥੇ? ਆ ਪੀਪਲ ਵਾਲਾ ਖੂਹ ਪੀਪਲ ਵਾਲਾ ਖੂਹ ਤੇ ਇੱਥੇ ਜਿਹੜਾ ਹਰੀ ਸਿੰਘ ਸੀ ਇਹ ਇਕੱਲਾ ਹੀ ਭਰਾ ਸੀ ਜਾਂ ਹੋਰ ਵੀ ਭਰਾ ਸਨ ਇਹਨਾਂ ਦਾ ਖਾਨਦਾਨ ਦੇ ਬਾਰੇ ਦੱਸੋ ਹਾਂ। ਕੋਈ ਪਤਾ ਹੈ? ਇੱਕ ਦਰਵਾਜ਼ਾ ਚਲੋ ਠੀਕ ਹੋ ਗਿਆ ਕੋਈ ਨਹੀਂ ਗੱਲ ਜਿਦਾ ਹੁੰਦਾ ਉਹ ਠੀਕ ਹੋ ਗਿਆ ਅੱਛਾ ਦੱਸੋ ਕਿ ਹਰੀ ਸਿੰਘ ਤੇ ਲੰਬੜਦਾਰ ਸੀ ਮੱਟਮ ਪਿੰਡ ਦਾ ਮੱਟਮ ਪਿੰਡ ਦਾ ਹੋਰ ਇੱਥੇ ਕੋਈ ਸਿਰ ਕੱਢ ਕੋ ਜਿਵੇਂ ਕੋਈ ਬੰਦੇ ਹੁੰਦੇ ਨੇ ਵੱਡੇ ਕੋ ਬਜ਼ੁਰਗ ਸਿੱਖਾਂ ਦੇ ਉਹਨਾਂ ਦੇ ਕੋਈ ਨਾਂ ਤੁਹਾਨੂੰ ਯਾਦ ਨੇ ਜੀਆ ਠੀਕ ਹੀ ਨਾਂ ਸਨ ਜਵਾਰ ਸਿੰਘ ਜਵਾਰ ਸਿੰਘ ਮੱਖਣ ਸਿੰਘ ਮੱਖਣ ਸਿੰਘ ਬਹਾਦਰ ਸਿੰਘ ਬਹਾਦਰ ਸਿੰਘ ਹਾਂ ਫਕੀਰ ਸਿੰਘ ਇਹ ਇਹਨਾਂ ਦੀ ਬਰਾਦਰੀ ਕਿਹੜੀ ਸੀ ਕੌਮ ਕਿਹੜੀ ਸੀ ਇਹ ਮੱਟੂ ਹੀ ਸਨ ਸਾਰ ਮੱਟੂ ਜੱਟ ਹਾਂ ਮੱਟੂ ਜੱਟ ਹਾਂ ਠੀਕ ਹੋ ਗਿਆ ਅੱਛਾ ਦੱਸੋ ਕਿ ਉਦੋਂ ਇੱਥੇ ਇੱਕ ਖਜਾਨ ਸਿੰਘ ਹੁੰਦਾ ਸੀ ਅੱਛਾ ਤੇ ਉਹ ਵੀ ਬਹੁਤ ਲਾਇਕ ਆਦਮੀ ਸੀ ਸਾਰੇ ਪਿੰਡ ਦਾ ਚੌਥਾ ਸਰਦਾ ਮਾਲਕ ਖਜਾਨ ਸਿੰਘ ਖਜਾਨ ਸਿੰਘ ਉਹਨਾਂ ਦਾ ਕਿਹੜਾ ਡੇਰਾ ਸੀ ਉਹਨਾਂ ਦਾ ਆ ਮਾਲੀ ਵਾਲਾ ਅੱਛਾ ਪਹਿਲਾਂ ਚਲੋ ਐਸੀ ਗੱਲ ਤੇ ਕਰ ਲੈਂਦੇ ਕਿ ਇੱਥੇ ਡੇਰਿਆਂ ਦੇ ਕੀ ਕੀ ਨਾਂ ਨੇ ਜਿਹੜੇ ਮਟਮ ਦੇ ਡੇਰੇ ਨੇ ਉਹਨਾਂ ਦੇ ਨਾਂ ਦੱਸੋ ਸਾਰਿਆਂ ਦੇ ਸਾਰਿਆਂ ਦੇ ਨਾਂ ਦੱਸੋ ਇੱਕ ਤੇ ਪੀਪਲ ਦਾ ਦੱਸਿਆ ਇਹਨਾਂ ਪੀਪਲ ਵਾਲਾ ਇੱਕ ਮਾਲੀ ਵਾਲਾ ਮਾਲੀ ਵਾਲਾ ਆ ਦੋ 베ਰੀ ਵਾਲੇ 베ਰੀ ਵਾਲੇ ਠੀਕ ਹੈ ਠੀਕ ਹੈ ਇੱਕ ਬਾਈਆਂ ਵਾਲਾ ਅੱਛਾ ਇੱਕ ਚੱਠਿਆਂ ਵਾਲਾ ਚੱਠਿਆਂ ਵਾਲਾ ਠੀਕ ਹੈ ਇੱਕ ਸਾਈਆ ਵਾਲਾ ਵਾਹ ਜੀ ਵਾਹ ਤੇ ਬਾਬੇ ਹੁੰਦੇ ਹਣ 16 ਵਾਲੇ ਖੂਤੇ ਜਿੱਥੇ ਚੌਰੀ ਤਕੀਰ ਹੁੰਦੇ ਉੱਥੇ ਕਿਹੜੇ ਕਿਹੜੇ ਬਾਬੇ ਹੁੰਦੇ ਉੱਥੇ ਜੀ ਇੱਕ ਜ਼ਦਾਸੇ ਵਸਾਵਾ ਵਸਾਵਾ ਸਿੰਘ ਹਾਂ ਠੀਕ ਹੈ ਮੋਨੇ ਸ ਹੈ ਅੱਛਾ ਉਹ ਮੋਨੇ ਹਨ ਮੋਨੇ ਸ ਉਹ ਪੈਨੂ ਕੋਈ ਵੀ ਹਣ ਦੇ ਹੁੱਕੇ ਪੀ ਲੇ ਸਾਡੇ ਅੱਛਾ ਪੀ ਲੈਂਦੇ ਹਣ ਹੁੱਕਾ ਛੁੱਕਾ ਹੋਰ ਅੱਛਾ ਸਿੱਕੀ ਤੇ ਬਾਗਰ ਦੂ ਚਾ ਮਸਾਲਾ ਹੈ ਅੱਛਾ ਜੀ ਅੱਛਾ ਅੱਛਾ ਪਹਿਲਾਂ ਪੀ ਲੈਂਦੇ ਹਾਂ ਹੁਕਾ ਸ਼ੁਕਾ ਹੁਕਾ ਸ਼ੁਕਾ ਪੀਂਦੇ ਹਾਂ ਪੈਨੂੰ ਹਲਾਲ ਮਾਲ ਖਾਂਦੇ ਸਾਂ ਅੱਛਾ ਸਾ ਅਸੀਂ ਕੁਰਬਾਨੀ ਦਿੰਦੇ ਹਾਂ ਤੇ ਸਾਡੇ ਕੋਲ ਕੁਝ ਤੇ ਲੈ ਖਾਂਦੇ ਸਾਂ ਖਾ ਲੈਂਦੇ ਹਾਂ ਖਾ ਲੈਂਦੇ ਹਾਂ ਅੱਛਾ ਤੇ ਫਿਰ ਜਦੋਂ ਜੂੜੇ ਰੱਖ ਲੈ ਨੇ ਫਿਰ ਫਿਰ ਨਹੀਂ ਫਿਰ ਉਹਨਾਂ ਆਪਣਾ ਸਿੱਖ ਬਣ ਗਏ ਨਾ ਫਿਰ ਸਿੱਖ ਬਣ ਗਿਆ ਫਿਰ ਇਹਨਾਂ ਦੇ ਮੁਸਲਮਾਨ ਇਹਨਾਂ ਦੇ ਕਿਉਂਕਿ ਜਿਵ ਗਿਆ ਤੇ ਆਖ ਲੰਗ ਵੀ ਸਾਡਾ ਚੌਕਾ ਪਿੱਟ ਕਰਤਾ ਤੋ ਉਹ ਇਹਨੂੰ ਵੇ ਹਾਂ ਅੱਛਾ ਦੱਸੋ ਕਿ ਜਿਹੜਾ ਮਟਮ ਪਿੰਡ ਹੈ ਜੀ ਇੱਥੇ ਗੁਰਦੁਆਰਾ ਹੈ ਸੀ ਜਾ ਕਿੱਥੇ ਕਰਕੇ ਸੀ ਗੁਰਦੁਆਰਾ ਕਿਹੜੇ ਘਰ ਦੇ ਕੋਲ ਜਾਂ ਕਿਹੜੇ ਡੇਰੇ ਕੋਲ ਉਹ ਇਹ ਨਹੀਂ ਯਾਦ ਹੈ ਅਦਾ ਦਿਓ ਦੱਸੋ ਇਹ ਆ ਜਿਹੜੇ ਇੱਥੇ ਹੁੰਦੀ ਸੀ ਇੱਕ ਖੂਈ ਕਿੱਥੇ ਕਰਕੇ ਗੁਰਦੁਆਰਿਆਂ ਪਹਾੜ ਪਾਸੇ ਠੀਕ ਹੈ ਤੁਹਾਡੇ ਘਰ ਦੇ ਨਾਲ ਹੀ ਠੀਕ ਹੈ ਅਜਿੱਥੇ ਰਫੀਕ ਰਿਹਾ ਹੈ ਇਹ ਗੁਰਦੁਆਰਾ ਸੀ ਹਾਂ ਠੀਕ ਹੋ ਗਿਆ ਤੇ ਇਹ ਕਿੰਨੇ ਬਾਅਦ ਸਰਕਾਣਾ ਦਾ ਦੁਕਾਨ ਵੀ ਹੁੰਦਾ ਸੀ ਖਰਾਸ ਲੱਗਾ ਹੁੰਦਾ ਵਾਹ ਜੀ ਵਾਹ ਕਿੱਥੇ ਲੱਗਾ ਹੁੰਦਾ ਸੀ ਖਰਾਸ ਗੁਰਦੁਆਰੇ ਦੇ ਮਾਲਕ ਦੇ ਕਰਦੇ ਸਾਹਮਣੇ ਜਿਹੜੀ ਜਗ੍ਹਾ ਸੀ ਹਾਂ ਠੀਕ ਹੈ ਇਹ ਗੁਰਦੁਆਰੇ ਦੇ ਨਾਲ ਚੜ੍ਹਦੇ ਪਾਸੇ ਖਰਾਸ ਲੱਗਾ ਹੁੰਦਾ ਖਰਾਸ ਲੱਗਾ ਹੁੰਦਾ ਅੱਛਾ ਹਾਂ ਤੇ ਜੇ ਅਸੀਂ ਗੱਲ ਕਰੀਏ 47 ਤੋਂ ਪਹਿਲਾਂ ਦੀ ਉਹ ਲੋਕ ਕਿਵੇਂ ਦੇ ਹਨ ਜਿਹੜੇ ਇੱਥੇ ਰਹਿੰਦੇ ਹਨ ਤੁਹਾਡੇ ਪਿਆਰ ਮੁਹੱਬਤ ਬਹੁਤ ਸਹੀ ਹੈ ਅੱਛਾ ਬਹੁਤ ਬਹੁਤ ਅچھے ਆਦਮੀ ਸੇ ਤੇ ਫਿਰ ਜਿਹੜੇ ਦਿਨ ਗਾਇਬ ਨੇ ਇੱਥੇ ਕਿਸੇ ਬੰਦੇ ਉਹਨਾਂ ਨੇ ਨਹੀਂ ਮਾਰ ਤੁਸੀਂ ਮਾਰਿਆ ਤੇ ਨਹੀਂ ਤੁਹਾਡੇ ਵੱਡੇ ਬਡੇਰਿਆਂ ਕਿਸੇ ਬੰਦੇ ਨੇ ਉਹਨਾਂ ਨੂੰ ਛੁਕ ਜਾ ਕਿ ਆਪ ਕੰਮ पे ਛੱਡ ਗਿਆ ਇਹ ਕਿੱਥੇ ਲੱਗਾ ਸੀ ਕੰਮ ਕਿੱਥੇ ਲੱਗਾ ਹੈ ਕੰਮ ਪਹਿਰੇ ਇੱਥੇ ਲੱਗਾ ਸੀ ਡਸਕੇ ਠੀਕ ਹੋ ਗਿਆ ਤੇ ਫਿਰ ਇਹ ਸਾਰੇ ਖੈਰ ਖਰੀਅਤ ਨਾਲ ਮਟਮ ਦੇ ਜਿਹੜੇ ਸਿੱਖ ਸਨ ਮੱਟੂ ਜਿਹੜੇ ਸਨ ਹਾਂ ਸਾਰੇ ਖੈਰ ਖਰੀਅਤ ਨਾਲ ਡਸਕੇ ਟੁਰ ਗਏ ਡਸਕੇ ਟੁਰ ਗਏ ਇੱਕ ਤੁਸੀਂ ਸਾਡੇ ਨਾਲ ਗੱਲ ਕੀਤੀ ਕਿ ਉਹ ਲੋਕ ਜਦੋਂ ਗਏ ਨੇ ਬੜੇ ਸਾਰੀ ਜ਼ਮੀਨ ਉਹਨਾਂ ਦੀ ਹੋਈ ਸੀ ਇਹ ਪਿੰਡ 'ਚ ਆਹ ਸਾਰੀ ਉਹਨਾਂ ਸਿੱਖਾਂ ਦੀ ਹੋਈ ਸੀ ਤੇ ਜਿਹੜੇ ਮੁਸਲਮਾਨ ਸਣੇ ਮਜ਼ਾਰੇ ਸਨ ਜਿਹੜੇ ਘਰ ਐ ਸਨ ਮਜ਼ਾਰੇ ਤੇ ਤੁਸੀਂ ਦੱਸਿਆ ਕਿ ਉਹ ਆਪਣੀ માનਤਾਂ ਲੋਕਾਂ ਕੋ ਰੱਖ ਗਏ ਹਨ ਉਹ ਵੀ ਸਾਨੂੰ ਗੱਲ ਸੁਣਾਓ ਕਿ ਤੁਹਾਡੇ ਅੱਬਾ ਜੀ ਕੋਲ ਵੀ ਇਮਾਨਤ ਕਿਸੇ ਰੱਖੀ ਸੀ ਸਾਡੇ ਪਿਓ ਕੋ ਅੱਲਾਹ ਵ代 ਕੋ ਮਾਨਤੇ ਰੱਖੀ ਸੀ ਉਹ ਕੀ ਨਾਂ ਸੀ ਜਿਨ੍ਹਾਂ ਨੇ ਮਾਨਤ ਰੱਖੀ ਸੀ ਉਹਨਾਂ ਦਾ ਖੱਤਰੀ ਸਾਡੇ ਚੌੜੇ ਦੇ ਅੱਛਾ ਚੌੜੇ ਦੇ ਖੱਤਰੀ ਸਨ ਹਾਂ ਉਹਨਾਂ ਦੀ ਜ਼ਮੀਨ ਜਿੱਥੇ ਦਾ ਪੈ ਗਈਆਂ ਠੀਕ ਹੈ ਮੋਤੀ ਸ਼ਾ ਮੋਤੀ ਸ਼ਾ ਨੂੰ ਆਂਦੇ ਹਾਂ ਹਾਂ ਇੱਕ ਦਿਨ ਆ ਗਿਰਦਾਰੀ ਵਾਹ ਜੀ ਵਾਹ ਜਿਹੜੇ ਚੌੜੇ ਦੇ ਹਨ ਚੌੜੇ ਦੇ ਹਨ ਉਹਨਾਂ ਤੁਹਾਡੇ ਅੱਬਾ ਜੀ ਕੋਲ ਪੈਸੇ ਰੱਖੇ ਪੈਸੇ ਟੂਮਾਂ ਸਾਰੀਆਂ ਇੰਨੀ ਆ ਅੱਛਾ ਫਿਰ ਐਸੇ ਹੀ ਉਹਨਾਂ ਨੂੰ ਨਾਲ ਉਹਨਾਂ ਨੂੰ ਕੰਪੇਟ ਛੱਡ ਕੇ ਆਏ ਨਹੀਂ ਜਦੋਂ ਉਹਨਾਂ ਟੂਮਾਂ ਰੱਖੀਆਂ ਹਾਂ ਤੁਹਾਡੇ ਅੱਬਾ ਜੀ ਕੋਲ ਰੱਖ ਕੇ ਤੇ ਉਹ ਟਰ ਗਏ ਉਹ ਟਰ ਗਏ ਫਿਰ ਵੱਡਿਆਂ ਦੱਸਿਆ ਹੋਣਾ ਕਿੰਨੇ ਕੁ ਸਾਲਾਂ ਬਾਅਦ ਉਹ ਆਏ ਵਾਪਸ ਐਵੇਂ ਪੰਜਾਂ ਚਾਉ ਦੇਣਾ ਬਾਅਦ ਅੱਛਾ ਕੈਂਪ ਚ ਗਏ ਕੰਪੇਟੀਟਰ अच्छा फिरohi ਨਾਲ ਗਏ ਜਾ ਕੇ ਹੂੰ ਤੇ ਉਹਨਾਂ ਨੂੰ ਉੱਤੇ ਸਾਡੇ ਬਾਲਦੇ ਨੇ ਉਹਨਾਂ ਟੂੰਬਾ ਪਹੁੰਚਾ ਕੇ ਬੜੀ ਗੱਲ ਨਹੀਂ ਉਸ ਵੇਲੇ ਜਦੋਂ ਮਾਰ ਪਟਾਈ ਹਰ ਪਾਸੇ ਰੌਲਾ ਰੌਲਾ ਪੈ ਗਿਆ ਦੂਹਾਂ ਪਾਸੇ ਚੰਗੇ ਲੋਕ ਵੇਹਨ ਤੇ ਭੇੜੇ ਵੀ ਲੋਕ ਆ ਗਏ ਮਤਲਬ ਕਿ ਖੋਖਵਈਆ ਸ਼ੁਰੂ ਹੋ ਗਿਆ ਮਾਰ ਕਟਾਈ ਸ਼ੁਰੂ ਹੋ ਗਈ ਜੀ ਤੇ ਤੁਹਾਡੇ ਅੱਬਾ ਜੀ ਦਾ ਤੇ ਬੜਾ ਕਾਰਨਾਮਾ ਬੜੀ ਗੱਲ ਹੈ ਜੀ ਵੇਖੋ ਕਿਲੋ 2 ਕਿਲੋ ਸੋਨਾ ਤੇ ਉਹ ਅਗਲੇ ਬੰਦੇ ਦਾ ਗੱਲ ਤੇ ਪੱਕਾ ਰਹਿਣਾ ਤੇ ਉਹਨੂੰ ਵਾਪਸ ਕਰ ਦੇਣਾ ਬੜੀ ਗੱਲ ਹੈ ਚੀਜ਼ੇ ਵੇ ਫੇਰ ਜਦੋਂ ਹਮ ਬਾਤੀ ਹਲ ਜਲਾ ਹੋ ਗਈ ਠੀਕ ਹੈ ਇਹ ਪਹਿਲਾਂ ਹੀ ਟੁਰ ਗਏ ਹਨ ਹੇਰ ਜਲਾ ਤੋਂ ਇਹ ਸਾਡੇ ਟੁਰ ਗਏ ਹਨ ਜਦੋਂ ਹਲ ਜਲਾ ਹੋਈ ਅੱਛੇ ਲੱਗੇ ਥੋੜੀ ਬਾਤ ਇਹ ਲੱਗੇਗੀ ਜਦੋਂ ਆਈ ਇਹਨੇ ਗੱਡੀ ਕੱਟੀ ਕੱਤੀ ਅੱਛਾ ਫੇਰ ਇੱਥੇ ਅਫਰਾ ਦਾ ਫਰੀ ਭਾਈ ਤੇ ਕਿੱਥੇ ਕਿੱਥੇ ਜੋੜੇ ਜੋੜੇ ਸਿਆਣਾ ਦੇ ਇੱਥੇ ਵੀ ਆਂਦੇ ਨੇ ਕੋਈ ਮਾਰਕਟਾਈ ਹੋਈ ਸੀ ਜੋੜੇ ਹੋਏ ਕਿੰਨੇ ਕੁ ਜੀ ਆਂਦੇ ਪਤਾ ਹੋਏ ਉਦੋਂ ਕਿੰਨੇ ਕੁ ਮਰੇ ਹਨ ਇੱਥੇ ਜੋੜੇ ਇੱਥੇ ਮੇਰੇ ਖਿਆਲ ਕੋਈ 18 20 ਜੀ ਜੇ ਸਾਨੂੰ ਬੜੇ ਸਿੱਖ ਅੱਛਾ ਉਹਨਾਂ ਨੇ ਵਾੜ ਦੇ ਤੇ ਖੂਹ ਸੀ ਇੱਕ ਹੁੰਦਾ ਉਹਦੇ ਵਿੱਚੋਂ ਟੇੜਿਆ ਹੋਇਆ ਅੱਛਾ ਤੇ ਇੱਥੇ ਮਟਮ ਜਾਂ ਚੌੜੇ ਇੱਥੇ ਤਾਂ ਨਹੀਂ ਹੋਈ ਮਾਰਕਟ ਇੱਥੇ ਨਹੀਂ ਇੱਥੇ ਕੋਈ ਦੂਹਾ ਪਿੰਡੇ ਦੀ ਤੇ ਜਿਹੜਾ ਤੁਸੀਂ ਉਦੋਂ ਕਿੰਨੇ ਸਾਲਾਂ ਦੇ ਹੋ ਜਦੋਂ ਇਹ 12 ਸਾਲ ਦੇ ਲਾ 12 ਕੁ ਸਾਲ ਹੋ ਸਹੀ ਹੈ ਤੁਹਾਨੂੰ ਸਾਰੀ ਸੋਝੀ ਤਾਂ ਹੀ ਮੈਂ ਬਾਤ ਕਰਦਾ ਹਾਂ ਹੋਰ ਇਹ ਮੈਂ ਤੇ ਇਹ ਕਰ ਸਕਦਾ ਹਾਂ ਤੇ ਇਹ ਦੱਸੋ ਕਿ ਤੁਹਾਡੀ ਉਮਰ ਦੇ ਵੀ ਕੋ ਮੁੰਡੇ ਆਣ ਸਿੱਖਾਂ ਦੇ ਜੇ ਸਰ ਜਿਹੜੇ ਤੁਹਾਡੇ ਨਾਲ ਕੋ ਪੜਦੇ ਹੋਣ ਜਾਂ ਖੇਡਦੇ ਹੋਣ ਪੜਿਆ ਛੜਿਆ ਕੋਈ ਤੇ ਖੇਡਦੇ ਹਣ ਕੀ ਕੀ ਨਾਂ ਹੀ ਉਹਨਾਂ ਦਾ ਜੀ ਬੈਠੇ ਨਹੀਂ ਕੋ ਆਪਣੇ ਜਿਹੜੇ ਤੁਹਾਡੇ ਖਾਨਦੇ ਹਣ ਕੋਈ ਨਾਂ ਯਾਦ ਨਹੀਂ ਹੁਣ ਮੈਂ ਤਾਂ ਦੱਸਣਾ ਤੁਹਾਨੂੰ ਇੱਕ ਮੁੰਸੀ ਸਿੰਘ ਹੁੰਦਾ ਸੀ ਉਹ ਤੁਹਾਡੇ ਖਾਨ ਦਾ ਹੀ ਕਿ ਵੱਡਾ ਸੀ ਵੱਡਾ ਸੀ ਠੀਕ ਹੈ ਕਬਡੀ ਛੜੀ ਖੇਡਦਾ ਸੀ ਇੱਕ ਨਿੱਕਾ ਮੁੰਸੀ ਸੀ ਠੀਕ ਹੋ ਗਿਆ ਅਸੀਂ ਵੀ ਨਾਮ ਜਾਣਦੇ ਸੀ ਠੀਕ ਹੋ ਗਿਆ ਤੇ ਇੱਕ ਪਿਆਰਾ ਸਿੰਘ ਸੀ ਅੱਛਾ ਇਹ ਜਿਹੜੇ ਹਨ ਕਬਡੀ ਛੜੀ ਖੇਡਦੇ ਹਨ ਤੇ ਖਜਾਨ ਸਿੰਘ ਵੀ ਕਬਡੀ ਖੇਡਦਾ ਹੈ ਇਹ ਕਿੱਥੇ ਛਿੰਝਾਂ ਪੈਂਦੀਆਂ ਹਨ ਇੱਥੇ ਕਿਤੇ ਅੱਜੇ ਇਥੇ ਪਾੜਿਆ ਲਓ ਬੜੀ ਹੁੰਦੀ ਹੁੰਦੀ ਸੀ ਕਿ ਇਹਨਾਂ ਪਰ ਕੀ ਲਾਵੇ ਆਂਦੇ ਹੁੰਦੇ ਸਾਰਾ ਅੱਛਾ ਉੱਥੇ ਜਾਂਦੇ ਹਨ ਖੇਡਣ ਪਿੰਡਾਂ ਦੇ ਵੀ ਖੇਡਦੇ ਸ ਠੀਕ ਹੋ ਗਿਆ ਉਦੋਂ ਆ ਲੜਾਈ ਤੇ ਝਗੜਾ ਨਹੀਂ ਸੀ ਹੁੰਦਾ ਅੱਛਾ ਹੁਣ ਦੀ ਗੱਲ ਨਹੀਂ ਹੈ ਠੀਕ ਹੋ ਗਿਆ ਅੱਛਾ ਜੇ ਅਸੀਂ ਉੰਜ ਵੇਲੇ ਦੀ ਗੱਲ ਕਰੀਏ ਵੇਲਾ ਉਹ ਚੰਗਾ ਸੀ ਕਿ ਐ ਚੰਗਾ ਦਾ ਦਾ ਕਦਾ ਹੋ ਗਿਆ ਉਹ ਕੀ ਵਜਾ ਉਹਦੀ ਕੀ ਵਜਾ ਕਿ ਉਹ ਕਿਉਂ ਚੱਲਦਾ ਉਹਦੀ ਇਹ ਵਜਾ ਕਿ ਇਹਦੇ ਧੀ ਪੈਣ ਵਾਲੇ ਤੇ ਉਹਦੀ ਬੜੀ ਇੱਜ਼ਤ ਕਰਦੇ ਆ ਇਹਦਾ ਜੋ ਆਈ ਹਾਂ ਲਗਾਉਂਦਾ ਤੇ ਚੱਕ ਕੋ ਕੋੜੀ ਤੇ ਕੋੜੀ ਦੇ ਬਾਕੇ ਭਾਈਓ ਮੁਸਲਮਾਨਾਂ ਦਾ ਜੁਆਈ ਤੇ ਭਾਈ ਸਿੱਖਾਂ ਦਾ ਸਿੱਖਾਂ ਦਾ ਜੁਆਈ ਉਹਨੂੰ ਉਹਨਾਂ ਪਹਿਨ ਪਛਾਣ ਆਪ ਟੋੜਦੇ ਆਂ ਅੱਛਾ ਧੀ ਪਹਿਣ ਭਾਈ ਮੁਸਲਮਾਨਾਂ ਦੀ ਭਾਈ ਸਿੱਖ ਦੀ ਹਰ ਬੰਦੇ ਨੇ ਉਹਦੀ ਇੱਜ਼ਤ ਕਰਨੀ ਇੱਜ਼ਤ ਕਰਨੀ ਅੱਛਾ ਹਾਂ ਹੁਣ ਨਾ ਚੰਗਾ ਸੀ ਸਾਡੇ ਮੁਸਲਮਾਨ ਪੁਰਾਣੇ ਆ ਹਾਂ ਤੇ ਇਹਨੇ ਨਹੀਂ ਆਖਿਆ ਹੁਣ ਚੰਗੇ ਨੇ ਹਾਂ ਨਹੀਂ ਲੇਕਿਨ ਉਹ ਜੀ ਚੰਗੇ ਹਨ ਜਿਹੜੇ ਇੱਥੇ ਰਹਿੰਦੇ ਹਨ ਚੰਗੇ ਬਹੁਤ ਦੇਖੋ ਪਿਆਰ ਪ੍ਰੇਮ ਪਹਿਲਾਂ ਕੋਈ ਕਿਸੇ ਦਾ ਕੋਈ ਕਿਸੇ ਦਾ ਉਹ ਨਹੀਂ ਸੀ ਹੁੰਦਾ ਨਾ ਇੱਕ ਦੂਜੇ ਨਾਲ ਮਿਲਣਾ ਜੁਲਣਾ ਬਹੁਤ ਤੇ ਵੇਣਾ ਵੀ ਤੇ ਵੀ ਜਾਂਦੇ ਜੁੰਦੇ ਹਨ ਉਦੋਂ ਕਿ ਨਹੀਂ ਇੱਕ ਦੂਜੇ ਦੇ ਸਿੱਖਾਂ ਦੇ ਨਾਲ ਤੇ ਨੇਹ ਨੇ ਜਾਈਦਾ ਠੀਕ ਹੈ ਉਹਨਾਂ ਮੰਗੀ ਜਾਈਦਾ ਸੀ ਨਾ ਜਦੋਂ ਅੱਛਾ ਇਹ ਕਣਕ ਵੜਨ ਠੀਕ ਹੈ ਤੇ ਸਿੱਖਾਂ ਦਾ ਆਡਰਾ ਹੁੰਦੇ ਸੀ ਰੋਟੀ ਅੱਛਾ ਜੀ ਤੇ ਮੁਸਲਮਾਨਾਂ ਦੀ ਐਡੀ ਹੋਂਦੀ ਸੀ ਅੱਛਾ ਤੇ ਕਿਉ ਹੂੰ ਪੀਣਾ ਤੇ ਰੋਟੀਆਂ ਆਪਣੀਆਂ ਖਾਣੀਆਂ ਦੇਸੀ ਕਿਉ ਦੇਚ ਵੋਏ ਵੋਏ ਤੇ ਉਦੋਂ ਦੇਸੀ ਕਿਉ ਬਾਬਾ ਹੁੰਦਾ ਹੈ ਬਲੇ ਬਲੇ ਕੋ ਸਾਥ ਆ ਹੁਣ ਹੌਂ ਤੇ ਡਰਮ ਲੱਗੇ ਨੇ ਤੇ ਉਦੋਂ ਡਰਮ ਤੇ ਕੋਈ ਨਹੀਂ ਦਿੰਦਾ ਹਾਂ ਸਾਡੇ ਤੇ ਤੇ ਪਿੰਡ ਦੇ ਵਿੱਚ ਛਟਾਕੀ ਘੋੜੇ ਸੀ ਕੋਈ ਵੇਚ ਦਾਂਦੇ ਹਨ ਆਪਣੇ ਬੱਚੇ ਕਾ ਬੁਰਾ ਸਮਝਦੇ ਬੁਰਾ ਸਮਝਦੇ ਅੱਛਾ ਮੱਝਾਂ ਹੁਣ ਜਾਂ ਆਪਣਾ ਪ੍ਰਾਇਸ ਕਰਦੇ ਹਾਂ ਹਾਂ ਬਹੁਤ ਅਬਦ ਕੰਮ ਹੁੰਦਾ ਸੀ ਹੁਣ ਤੇ ਰੇਡੀਓ ਉਲਟੋ ਗਈ ਹਾਂ ਹਾਂ ਹੁਣ ਤੇ ਕੋਈ 100 ਹੈ ਮੱਝ ਹਾਂ ਹਾਂ ਤੇ ਉਹ ਵੀ ਨਾਗ ਦਾ ਡਰਮ ਖੂਤੇ ਖੜਕਦੇ ਹੁੰਦੇ ਨੇ ਬੈਂ ਅੱਛਾ ਜੀ ਸਹੀ ਹੋ ਗਿਆ ਅੱਛਾ ਇਹ ਦੱਸੋ ਕਿ ਉਦੋਂ ਇੱਥੋਂ ਮਟਵਾ ਤੋਂ ਤੁਸੀਂ ਸੌਦਾ ਸੂਦ ਲੈਣ ਵਾਸਤੇ ਬਾਜ਼ਾਰ ਬਜ਼ੁਰ ਕਿੱਥੇ ਜਾਂਦੇ ਹੁੰਦੇ ਹੋ ਮੀਤਰਾਂ ਵਾਲੀ ਜੀ ਅੱਛਾ ਮੀਤਰਾਂ ਮੀਤਰਾਂ ਦੀ ਇਥੋਂ ਕਿੰਨੀ ਕੁ ਦੂਰ ਹੈ ਮੀਲ ਲਾਉਣਾ ਚੋ ਅੱਛਾ ਮੀਲ ਕੋ ਦੂਰ ਪੈਦਲ ਪੈਦਲ ਜਾਂਦੇ ਹੋ ਕਿ ਟਾਂਗੇ ਟੂਂਗੇ ਚੱਲਦੇ ਪੈਦਲ ਪਾਈ ਜੀ ਗੁਜਰਾਂ ਵਾਲੇ ਪੈਦਲ ਟੁਰ ਜਾਂਦੇ ਆ ਅੱਛਾ ਕਿਧਰੋਂ ਦੀ ਹੋ ਕੇ ਇੱਥੋਂ ਨਾ ਕਿਤੇ ਚੌੜੇ ਚੌੜੇ ਤਦਲਾ ਕੋਲ ਅਗੋ ਠੱਟੇ ਅਗੋ ਤ੍ਰਿਗੜੀ ਅਗੋ ਰੂਪ ਅਗੋ ਸਰਗਟ ਆਪਣੀ ਜਗਨੇ ਤੇ ਗੁਜਰਾਵਲ ਅੱਲਾ ਅੱਲਾ ਤੇ ਕੈਰ ਸਾਲਾ ਅੱਛਾ ਜੀ ਜੀ ਇਹ ਹੁਣ ਤੇ ਵੀ ਇੰਨਾ ਟੁਰ ਸਕਦੇ ਤੋ ਵਾਹ ਉਹਦੇ ਇੱਥੇ ਸੁਕੂਤ ਦੇ ਬਾਕੇ ਮੇਰਾ ਨਾਂ ਕਿਦਾ ਅਬੇ ਪ੍ਰੋਫੈਸਰ ਆਵੇ ਜਾਂਦਾ ਬਾਬਾ ਬਹਿ ਜਾਂਦਾ ਤੇ ਪਿੰਡ ਚਲੀਏ ਹੁਣ ਕਿੰਨਾ ਵੀ ਨਹੀਂ ਟੁਰਿਆ ਜਾਂਦਾ ਹੁੰਦਾ ਹੈ ਉਦੋਂ ਮੈਂ ਆ ਜਾ ਬਦਤਰੀ ਨੇ ਪੱਠੇ ਵਾਲੀ ਨਾ ਥੋੜੀ ਜਿਹਾ ਅੱਛਾ ਚੁੱਕ ਵੀ ਲੈਂਦੇ ਹੋ ਪੰਡ ਪੁੰਡ ਨਾ ਹਉ ਨਹੀਂ ਚੁੱਕਦੇ ਇਹ ਨਹੀਂ ਚੁੱਕਿਆ ਪਹਿਲਾਂ ਚੁੱਕ ਲੈਂਦੇ ਹੋ ਤੇ ਤੂੰ ਹਾਂ ਨਹੀਂ ਪਲਵਾਨੀ ਛਲਾਨੀ ਕੀਤੀ ਕੋਈ ਨਹੀਂ ਮੈਂ ਦੋ ਤਰਾ ਦੇਣੀ ਕੌਡੀ ਖੇਢੀ ਏ ਹੂੰ ਤੇਰੇ ਪੇੜਾ ਹੀ ਕੰਮ ਇੱਕ ਦਿਨ ਚ ਪੇੜਾ ਮਾਰ ਅੱਛਾ ਐ ਦੱਸੋ ਕਿ ਉਦੋਂ ਪਹਿਲੇ ਜਵੇਲਿਆਂ ਦੇ ਵਿੱਚ ਕੋਈ ਇੱਥੇ ਸਾਡੇ ਇਲਾਕੇ ਚ ਕੋਈ ਗਵਈਆ ਵੀ ਆਇਆ ਸੀ ਗਾਣੇ ਗੂਣੇ ਗਾਣ ਵਾਲਾ ਵੇ ਮੂਮਾ ਤੇ ਜਿਹੜਾ ਗਾਉਂਦੇ ਹਨ ਉਹਦਾ ਹੁੰਦਾ ਨਹੀਂ ਆਉਂਦਾ ਕਿਥੋਂ ਆਦੇ ਕੋੜਦਾ ਹੈ ਲੈ ਦੇਖੋੜਦਾ ਉਹਦੇ ਮੁੰਡੇ ਦਾ ਨਾਮ ਹੁੰਦਾ ਉਹ ਬੈਸਰੀ ਵੀ ਜਾਂਦਾ ਸੀ ਹਾਂ ਹਾਂ ਉਹ ਆਉਂਦਾ ਨਹੀਂ ਉਹ ਪੁੱਤਰ ਬੂਟਿਆ ਕੀ ਪੀ ਜਾਂਦੇ ਸਾਜ ਅੱਛਾ ਜੀ ਉਹ ਉਹ ਵਿਆਹ ਮੂਹਾਂ ਤੇ ਇੱਥੇ ਆਉਂਦੇ ਹਨ ਆਉਂਦੇ ਤੁਸੀਂ ਵੀ ਸੁਣਦੇ ਸੁਣਦੇ ਹੋ ਸੁਣਦੇ ਹਾਂ ਸੁਣਦੇ ਅੱਛਾ ਸਹੀ ਹੋ ਗਿਆ ਸਹੀ ਹੋ ਗਿਆ ਅੱਛਾ ਦੂਸਰਾ ਦੱਸੋ ਕਿ ਜਿਹੜੇ ਉਹ ਲੋਕ ਸਨ ਉਹ ਵੀ ਜਾਂ ਤੁਸੀਂ ਵੀ ਉਦੋਂ 47 ਤੋਂ ਪਹਿਲਾਂ ਉਦੋਂ ਮੰਡੀ ਤੁਹਾਨੂੰ ਕਿਹੜੀ ਲੱਗਦੀ ਹਵੇ ਜਿੱਥੇ ਐ ਕਨੈਕਸ਼ਨ ਕ ਲੈ ਕੇ ਜਾਂਦੇ ਹੋਈ ਆ ਮੂੰਜੀ ਫੂੰਜੀ ਗਖੜ ਗਖੜ ਤੇ ਉਦੋਂ ਆਂ ਵਜੀਰਾਬਾਦ ਤੇ ਕਿਵੇਂ ਜਾਂਦੇ ਹੋ ਸੜਕਾਂ ਬਣੀਆਂ ਹਨ ਪੱਕੀਆਂ ਕੱਚੀਆਂ ਇੱਕੋ ਸ਼ਰ ਕੋ ਮੀਲ ਲੈਣ ਗਖੜ ਅੱਛਾ ਉਹ ਵੀ ਇੱਕੋ ਹੀ ਐਡੀ ਕੋ ਠੀਕ ਹੈ ਹੁਣ ਤੇ ਚਾਹ ਤੇ ਗਖੜ ਇਥੋਂ ਕਿੰਨੇ ਕੁ ਦੂਰ ਹੈ ਪੈਦਲ ਜਾਂਦੇ ਹੋ ਜਦੋਂ ਪਾਈ ਤੇ ਤਰੇ ਕੋ ਗਿਣਨੇ ਆ ਤਰੇ ਕੋ ਹਾਂ ਤੇ ਕਿੰਨੀ ਕੁ ਦੇਰ ਚ ਉਦੋਂ ਟਰ ਜਾਂਦੇ ਹੁੰਦੇ ਹੋ ਮੇਰਾ ਖਿਆਲ ਹੈ ਘੰਟਿਆਂ ਦੇ ਨਹੀਂ ਹਾਈ ਲੱਗਣਦੇ ਨੇ ਅੱਛਾ ਘੰਟੇ ਤੋਂ ਪਹਿਲਾਂ ਗਖੜ ਟਰ ਜਾਂਦੇ ਹੋ ਪੈਦਲ ਫਾਦਰ ਤੋਹਾਂ ਖਰਾਕਾਂ ਖਾਦੀਆਂ ਨਾ ਪਹਿਲੀਆਂ ਠੀਕ ਹੋ ਗਿਆ ਹੋਰ ਸਾਨੂੰ ਕੋਈ 47 ਤੋਂ ਪਹਿਲਾਂ ਦੀ ਗੱਲ ਸੁਣਾਓ ਇੱਕ ਤੁਸੀਂ ਗੱਲ ਸੁਣਾਉਂਦੇ ਹੋ ਪੇ ਕਿ ਗੁਰਦੁਆਰਾ ਤੇ ਮਸਜਿਦ ਇੱਥੇ ਇਕੱਠੀ ਬਣੀ ਆ ਉਹ ਕੀ ਰੋਲਾ ਹੋਇਆ ਉਹ ਜਿਹੜੇ ਸਿੱਖ ਤਾਂ ਨਾ ਮਾਲਕ ਕਿ ਜਿਹੜੇ ਪਿੰਡ ਦੇ ਮਾਲਕ ਸਨ ਹਰੀ ਸਿੰਘ ਉਰੀ ਹਾਂ ਠੀਕ ਹੈ ਤੇ ਇੱਕ ਨੱਥੂ ਲੰਬੜਦਾਰ ਹੁੰਦਾ ਸੀ ਨੱਥੂ ਸਿੰਘ ਲੰਬੜਦਾਰ ਹਾਂ ਠੀਕ ਹੈ ਇਹ ਇਹਨਾਂ ਨੂੰ ਬਾਬੇ-ਬਾਬੇ ਆਉਂਦੇ ਸਨ ਠੀਕ ਹੈ ਇਹ 16 ਵਾਲੇ ਖੂਹ ਦੇ ਹਣ ਸਾਰੇ ਠੀਕ ਆ ਗਿਆ ਦਾ ਵੀ ਨਾਂ ਚੇਤਾ ਮਨੂ ਹਾਂ ਕਿਹੜਾ ਕਿਹੜਾ ਡੇਰਾ 16 ਵਾਲਾ ਖੂਹ ਠੀਕ ਹੈ ਤੇ ਉਹਨਾਂ ਦਾ ਇੱਕ ਮੁੰਡਾ ਸੀ ਇੰਦਰ ਸਿੰਘ ਇਹ 16 ਵਾਲੇ ਖੂਹ ਵਾਲੇ ਬੰਦਿਆਂ ਦਾ ਆ ਠੀਕ ਹੈ ਇੰਦਰ ਸਿੰਘ ਕੋਈ ਬਾਬਾ ਜਵਾਨ ਸੀ ਠੀਕ ਹੋ ਗਿਆ ਇਹ ਫਿਰ ਸਾਡੇ ਕਸ਼ਮੀਰੀ ਸਨ ਮਲਕ ਅਮਦੀਨ ਇਹਦੇ ਭਰਾ ਦੇ ਨਾਂ ਸੀ ਸਰਾਜ ਠੀਕ ਹੈ ਇੱਕ ਦੇ ਨਾਂ ਸੀ ਵਿਧਾਇਆ ਠੀਕ ਹੈ ਕਸ਼ਮੀਰੀ ਬੜੇ ਦਰਾਚੇ ਸਨ ਅੱਛਾ ਤੇ ਨਾ ਆਖਿਆ ਜੇ ਤੁਹਾ ਸਾਡਾ ਮਸਜਿਦ ਨਹੀਂ ਬਣੀ ਤੁਹਾਡਾ ਗੁਰਦੁਆਰਾ ਨਹੀਂ ਬਣ ਸਕਦਾ ਅੱਛਾਲੇ ਦੋਆਂ ਦੀ ਕੋਈ ਸ਼ੈ ਨਹੀਂ ਬਣੀ ਨਾ ਠੀਕ ਹੋ ਗਿਆ ਫਿਰ ਉਹ ਮਸਜਿਦ ਨਹੀਂ ਬਣੀ ਹੁਕੂਮਤ ਨੇ ਆ ਕੇ ਬਣਵਾਇਆ ਤੇ ਤੁਸੀਂ ਗੁਰਦੁਆਰਾ ਬਣਾ ਲਿਆ ਮਸਜਿਦ ਅੱਲਾ ਅੱਲਾ ਕਹਿੰਦਾ ਗੜਾਈ ਛੜਾਈ ਤੇ ਨਹੀਂ ਹੋਈ ਨਾ ਅੱਛਾ ਸੁਲਾ ਸੁਲਾ ਸੁਲੂਕੀ ਨਾਲ ਹੋਗਾ ਠੀਕ ਹੋ ਗਿਆ ਅੱਛਾ ਇੱਥੇ ਮਟਮ ਦੇ ਵਿੱਚ ਹਿੰਦੂ ਵੀ ਆਇਆ ਹੈ ਜੀ ਆ ਉਹਦਾ ਕੀ ਨਾਮ ਹੈ ਮਾਰੇ ਮਾਰੇ ਮਹਰੇ ਹੁੰਦੇ ਹਾਂ ਸਾਡੇ ਆਹੀ ਮੱਛੀ ਆਣੇ ਨੇ ਠੀਕ ਠੀਕ ਹੈ ਉਹ ਉਹਦੇ ਮਹਰੇ ਹੁੰਦੇ ਹਨ ਕੰਮ ਕਰਨਾ ਹੈ ਅੱਛਾ ਅੱਛਾ ਉਹ ਹਿੰਦੂਸਨ ਉਹ ਉਹ ਕਿਨੇ ਕੋ ਘਰ ਸਨ ਇੱਕੋ ਹੀ ਘਰ ਸੀ ਉਹ ਮੁਸਲਮਾਨ ਹੋ ਗਏ ਉਹ ਇੱਥੇ ਰਹਿ ਗਏ ਇੱਥੇ ਰਹਿ ਗਏ ਉਹ ਤੁਹਾਂ ੱੱਕੇ ਨਾ ਮੁਸਲਮਾਨ ਬਣਾਇਆ ਸੀ ਆਪ ਹੋ ਗਏ ਆਪ ਹੋ ਗਏ ਉਹਦਾ ਜਿਹੜਾ ਵਾਲਸੇ ਨਾ ਹਾਂ ਹਾਂ ਆ ਜਿਹੜਾ ਜਿਹਦੇ ਨਾਮ ਯੂਸਫ ਯੂਸਫ ਰੱਖਿਆ ਇਹਦੇ ਪਿਓ ਦੇ ਨਾਮ ਸੀ ਬਰਕਤ ਅੱਛਾ ਠੀਕ ਉਹ ਫੌਤ ਹੋ ਗਏ ਉਹ ਫੌਤ ਹੋ ਗਏ ਕੁਰਾਨ ਪਾਕ ਪੜਦਾ ਸੀ ਅੱਛਾ ਜਿਹੜੇ ਮਹਿਰੇ ਸਨ ਉਹ ਮੁਸਲਮਾਨ ਹੋ ਕੇ ਇੱਥੇ ਰਹਿੰਦੇ ਇੱਥੇ ਰਹਿੰਦੇ ਇਹ ਪਹਿਨੂ ਸਿੱਖਾਂ ਦੇ ਵੇਲੇ ਵੀ ਕੁਰਾਨ ਪਾਕ ਪੜਦਾ ਸੀ ਅੱਛਾ ਇਹ ਜੀੜਾਬਾਦ ਇੱਕ ਆਲਾ ਦਾ ਨੇਕ ਬੰਦਾ ਸੀ ਸૈયਦ ਉਹਦੇ ਨਾਮ ਤੇ ਨੈਤਸ਼ਾ ਬੜੀ ਆ ਨੈਤਸ਼ਾ ਵਲੀ ਹੈ ਜੀੜਾਬਾਦ ਇਹ ညਾਮਾ ਬਾਦ ਹੁੰਦੇ ਸਾਂ ਠੀਕ ਹੈ ਉਹਨਾਂ ਦਾ ਬੈ ਸੀ ਅੱਛਾ ਅੱਛਾ ਤੇ ਫਿਰ ਉਹ ਇੱਥੇ ਸਿੱਖਾਂ ਦੇ ਵਕਤ ਉਹ ਫਰਾਤ ਹੋ ਗਿਆ ਠੀਕ ਹੈ ਉਹਨੇ ਫਿਰ ਅੱਗ ਲਾਉਂਦੇ ਰਹੇ ਨੇ ਠੀਕ ਹੈ ਤੇਲ ਪਾ ਪਾ ਕਿਉਂ ਪਾ ਪਾ ਕੇ ਕੀ ਨਾਂ ਦੱਸਿਆ ਸੀ ਉਹਦਾ ਬਰਕਤ ਬਰਕਤ ਇਹ ਮੁਸਲਮਾਨ ਹੁੰਨ ਵਾਲਾ ਨਾਂ ਸੀ ਉਹਦਾ ਮੁਸਲਮਾਨ ਹੁੰਨ ਤੋਂ ਬਾਅਦ ਇਹ ਨਾਂ ਰੱਖਿਆ ਸੀ ਉਹਦਾ ਪਹਿਨੀ ਉਹਦਾ ਨਾਂ ਅੱਛਾ ਪਹਿਲੋਂ ਨਾਂ ਉਹਦਾ ਬਰਕਤ ਸੀ ਬਰਕਤ ਸੀ ਤੇ ਫਿਰ ਉਹਨੂੰ ਅੱਗ ਲਾਈ ਜਦੋਂ ਮਰਿਆ ਹਾਂ ਕਿਉਂਕਿ ਉਹ ਸਿੱਖੀ ਨਹੀਂ ਛੱਡਦੀ ਉਹਨੇ ਹੁਣ ਛੱਡ ਦੇ ਮੈਰਾ ਜੋ ਉਹਨਾਂ ਦਾ ਸੀ ਠੀਕ ਹੈ ਇਹ ਦੋ ਪਦਾਸਾਂ ਇੱਕ ਮੁਨਸੀ ਠੀਕ ਹੈ ਤੇ ਇੱਕ ਬਰਕਤ ਅੱਛਾ ਇਹ ਦੋਵੇਂ ਇੱਥੇ ਰਹਿ ਗਏ ਹਨ ਇੱਥੇ ਉਹ ਤੇ ਮਰ ਗਿਆ ਨਾ ਆ ਮਰ ਗਿਆ ਹੁਣ ਸ਼ੀ ਰਹਿ ਗਿਆ ਅੱਛਾ Munshi ਰਹਿ ਗਿਆ ਹਾਂ ਠੀਕ ਹੈ ਤੇ ਚੌੜੇ ਵੀ ਐਸਣ ਕੋਈ ਹਿੰਦੂ ਐ ਆਹ ਜੀ ਉੱਥੇ ਵੀ ਐਸਾ ਨਹੀਂ ਖਤਰੀ ਸੀ ਅੱਛਾ ਖਤਰੀ ਖਤਰੀ ਹਿੰਦੂ ਦਾ ਹਾਂ ਤੇ ਉਦੋਂ ਤੁਸੀਂ ਪਾਡੇ ਵਾਲੇ ਵੀ ਜਾਂਦੇ ਜੁੰਦੇ ਹੋਗੇ ਨਹੀਂ ਛੋਟੇ ਹੁੰਦੇ ਉੱਥੇ ਕਿਸੇ ਦਾ ਕੋਈ ਨਾਮ ਪਤਾ ਯਾ ਸੀ ਉੱਥੇ ਉੱਥੇ ਨਹੀਂ ਜਾਂ ਤੇ ਇੱਥੇ ਨੇੜੇ ਕਿਤੇ ਕੋਈ ਮੇਲਾ ਛੇਲਾ ਵੀ ਹੁੰਦਾ ਸੀ ਕਿੱਥੇ ਇੱਥੇ ਸ਼ਮਾਨੇ ਸਾਹਿਬ ਵੀ ਹੁੰਦਾ ਸੀ ਉਹ ਕਿੱਥੇ ਵੇਸ਼ਮਾਨੇ ਸਾਹ ਅੱਛਾ ਚੌੜੇ ਦੇ ਨਾਮ ਚੌੜੇ ਦੇ ਨਾਲ ਉਹ ਕਦੋਂ ਹੁੰਦਾ ਹੈ ਮੇਲਾ ਕਿਹੜੇ ਮਹੀਨੇ ਵਿਸਾਖੀ ਵਿਸਾਖ ਤੇੜੇ 14 ਹਾੜ 14 ਹਾੜ ਉਹਦੇ ਵਿੱਚ ਉਹ ਪਹਿਲਾਂ ਦਾ 47 ਤੋਂ ਪਹਿਲਾਂ ਦਾ ਹੁੰਦਾ ਜਾਂ ਬਾਅਦ ਚ ਕਿਤੇ ਸ਼ੁਰੂ ਹੋਇਆ ਪਹਿਨੂ ਵੀ ਹੁੰਦਾ ਅੱਛਾ ਇਸ ਇੱਕ ਜਾ ਕੇ ਉੱਥੇ ਕੋਈ ਤੇ ਜੋਗ ਧੱਗੇ ਹਮ ਧੋਲ ਮਾਰਨੇ ਨਾਲੇ ਨਸ਼ਬੀਰ ਲਾਨੀ ਅੱਛਾ ਮਤਲਬ ਕਿ ਨਾਲੇ ਨਾ ਲੰਗਰ ਲੰਗਰ ਬੰਡਣਾ ਉੱਥੇ ਸਕੀਨਾ ਦਾ ਸੇਵਾ ਦਾ ਦਰਬਾਰ ਦਾ ਸ਼ਮਨੈਸ਼ਾ ਸ਼ਮਨੈਸ਼ਾ ਤੇ ਹੋਰ ਇੱਥੇ ਕੌਡੀ-ਕੁੱਡੀ ਤੁਹਾਡੇ ਪਿੰਡ ਪੈਂਦੀ ਹੀ ਕਿ ਨਹੀਂ ਉਦੋਂ ਪੈਂਦੀ ਹੀ ਹੈ ਲਾਂਬ ਦੇ ਵੀ ਬੰਦੇ ਹੁੰਦੇ ਆ ਕਿੱਥੋਂ-ਕਿੱਥੋਂ ਇਹ ਇੰਨਾ ਪਿੰਡਾਂ ਦੇ ਪਿੰਡਾਂ ਦੇ ਨਾਂ ਦੱਸੋ ਨਾ ਕਿੱਥੋਂ-ਕਿੱਥੋਂ ਦੱਸਿਆ ਕੋਈ ਤੁਹਾਨੂੰ ਚੌੜਾ ਅੱਛਾ ਭਾੜਿਆ ਇਹਦੇ ਅੱਛਾ ਠੀਕ ਹੋ ਗਿਆ ਇੱਥੇ ਬੰਦੇ ਹੁੰਦੇ ਆ ਹਾਂ ਤੇ ਆ ਜੇ ਸਾਧਾ ਨਹੀਂ ਆ ਇੱਥੇ ਵੀ ਹੁੰਦੇ ਚੋਰਾਣੀਆਂ ਤੁਮ ਇਹ ਵੀ ਦੋਵੇਂ ਚੋਰਾਣੀਆਂ ਛੋਟੀ ਤੇ ਵੱਡੀ ਇਹ ਵੀ ਸਿੱਖ ਹੀ ਇੱਥੇ ਵੀ ਰਹਿੰਦੇ ਸਿੱਖ ਹੈ ਤੇ ਜੱਟ ਵੀ ਹੈ ਹਾਂ ਠੀਕ ਹੈ ਇੱਕ ਚੌੜਾ ਜੱਟ ਹੈ ਪੰਜੇ ਕਮਾਉਂਦੇ ਸ਼ਾਨੇ ਉਹਨਾਂ ਦਾ ਕੀ ਨਾਮ ਹੈ ਕਿ ਉਹ ਇੱਥੇ ਨੇ ਜਿਹੜੇ ਜਿੰਨਾਂ ਦੀ ਆ ਇਹ ਜਿਹਨਾਂ ਦੀ ਜ਼ਮੀਨ ਸਿੱਖਾਂ ਦੀ ਆਹੋ ਸਿੱਖ ਟੁਰ ਗਏ ਸਿੱਖੇ ਤੇ ਇੱਕ ਘਰ ਉਹ ਸਾਰੇ ਟੁਰ ਗਏ ਇੱਕ ਧੂਆ ਚੋਰਾਣੀਆਂ ਜੋ ਟੁਰ ਗਏ ਸਿੱਖਾਂ ਦੇ ਠੀਕ ਹੋ ਗਿਆ ਤੇ ਜੋੜੇ ਹੋਇਆ ਸੀ ਕਤਲ ਕਤਲਾਮ ਜਿਹੜਾ ਤੁਸੀਂ ਦੱਸਦੇ ਆ ਬਸ ਜੋੜੇ ਜੋ ਇੱਥੇ ਕਤੜੇ ਨਹੀਂ ਬਾਕੀ ਸਭ ਠੀਕ ਠਾਕ ਟੁਰ ਗਏ ਸਹੀ ਹੋ ਗਿਆ ਅੱਛਾ ਇਹ ਦੱਸੋ ਕਿ ਪਹਿਲਾਂ ਉਸ ਜ਼ਮਾਨੇ ਖੇਡਾਂ ਕੀ ਖੇਡਦੇ ਹੁੰਦੇ ਹੋ ਤੁਸੀਂ ਖਿੱਦੂ ਟੱਲਾ ਅੱਛਾ ਖੁੰਡੀਆਂ ਲੱਕੜ ਦੀਆਂ ਬਣਾ ਲੈਣੀਆਂ ਠੀਕ ਹੈ ਤੇ ਪੈ ਹੁੰਦੇ ਸਨ ਹਾਂ ਪਾਲਟੀਆਂ ਦੋ ਜਾਣੀਆਂ ਠੀਕ ਹੈ ਬਾਸ ਉਹ ਫਿਰ ਉਤਲ ਦੇ ਆ ਅਗਰ ਨਾ ਜਾਂਦੇ ਨਾ ਦਾਈਆਂ ਰੱਖੀਆਂ ਹੁੰਦੀਆਂ ਉਤਲ ਦਾ ਹੀ ਰੱਖੀ ਹੁੰਤ ਹਾਂ ਉਹ ਮਾਰਨੀ ਟੱਲੇ ਹਾਂ ਤੇ ਜਿਹੜਾ ਦਾਈ ਤੇ ਪੜ ਗਿਆ ਉਹ ਜਿਹੜਾ ਜਿਹੜਾ ਨਹੀਂ ਪੜ ਵਰ ਗਿਆ ਉਹ ਕੋ ਐ ਨਹੀਂ ਹੁੰਦਾ ਗੇਂਦ ਬੱਲਾ ਤੇ ਹਾਕੀ ਨਾ ਜੇ ਕੋਈ ਛੈ ਹਾਕੀਆਂ ਛੈ ਕੋਈ ਛੈ ਅੱਛਾ ਤਲਵਾਰ ਵੀ ਕਿਸ ਕੋ ਨਹੀਂ ਸੀ ਹੁੰਦੀ ਅੱਛਾ ਐ ਤੇ ਬਲਮਾ ਸ਼ਲਮਾ ਦੇ ਤਲਵਾਰਾਂ ਦੇ ਹਮ ਆ ਵੱਡ ਫਾਟੇ ਜੀ ਨਿਕਲੀਆਂ ਉਹਦੋਂ ਬਲਮਾ ਬਣਾਈਆਂ ਇੱਕੋ ਮਾਰੀ ਦੱਦੇ ਵਾਲੀ ਬਣਾਈ ਠੀਕ ਹੈ ਉਹ ਛੋਟਿਆਂ ਨੂੰ ਚਾੜੀ ਹਮ ਇਹ ਉਹ ਅੰਜ ਕਰਕੇ ਮਾਰ ਤੇ ਆਂਦਣਾ ਬਣੇ ਆ ਜਾਂਦੀ ਓਏ ਹੋ ਅੱਲਾਹ ਬੜਾ ਓਕਾ ਬਕਾ ਦੇ ਅੱਲਾਹ ਅੱਛਾ ਤੇ ਦੂਸਰਾ ਦੱਸੋ ਡੇ ਭਰਾਵਾਂ ਨਾ ਕਦੋਂ ਘਟ ਗੁਜਰੀ ਅੱਛਾ ਜੀ ਇਹਨਾਂ ਨੇ ਉੱਥੇ ਥੋੜੀ ਆ ਉੱਥੇ ਵੀ ਬਣ ਕਿਸ ਤਰੀਕੇ ਨਾਲ ਸ਼ੋਦੇ ਆਏ ਅਸਲ ਗੱਲ ਹੈ ਇੱਥੇ ਆਏ ਨੇ ਹੂੰ ਇੱਥੇ ਵੀ ਆ ਕੇ ਨਾ ਕਿਦਾ ਕਿਸੇ ਬੰਦੇ ਨਾਲ ਕਿਲੇ ਦੇ ਨਾ ਹੂੰ ਚੰਦੇ ਬੰਦਿਆਂ ਸੇ ਲੋਕ ਕੀਤਾ ਮੇਰੇ ਵਾਲਦ ਨੇ ਨਾ ਕਿਦਾ ਰੌਲ ਆਏ ਸਨ ਪਹਿਨੀ ਠੀਕ ਹੈ ਫਿਰ ਇਹਨਾਂ ਨੂੰ ਤਕਾਬੀ ਵੀ ਲੈ ਕੇ ਬਜੇਰਾਬਾਦ ਦਿੱਤੀ ਇਹਨਾਂ ਨੂੰ ਡੰਗਰ ਵੀ ਦਿੱਤੇ ਅੱਛਾ ਇਹਦੇ ਮਾਲੀਏ ਵਿਚਾਰੇ ਤੇ ਸ਼ੋਦੇ ਆਏ ਮਗਰੋਂ ਨੇ अच्छा हां ठीक क्या रे पहले आपसा बात ठीक हो गया अच्छा ਤੇ ਦੂਸਰਾ ਜਿਹੜਾ ਵੇ ਪਹਿਲਾਂ ਇਹ ਦੱਸੋ ਕਿ ਜਿਹੜੇ ਵਿਆਹ ਵਿਊ ਹੁੰਦੇ ਹਨ ਉਦੋਂ ਜੀ ਉਦੋਂ ਜੰਜ ਕਿੰਨੇ ਦਿਨ ਰਹਿੰਦੀ ਸੀ ਯਾ ਰੋਟੀ ਪਾਣੀ ਕੀ ਖਵਾਉਂਦੇ ਪੈਂਦੇ ਹਨ ਇਹ 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 ਗੱਲ ਦੱਸੋ ਸਾਨੂੰ ਆ ਜੀ ਤੁਹਾਨੂੰ ਜਾਣ ਜਾਂਦੀ ਸੀ ਹਾਂ ਰਾਤ ਰਹਿੰਦੀ ਸੀ اچھا ਇੱਕ ਰਾਤ ਇੱਕ ਰਾਤ ਠੀਕ ਹੋ ਗਿਆ ਉਹ ਆਉਂਦੀ ਸੀ ਹਾਂ ਉਹਨਾਂ ਨੂੰ ਆ ਬੋਤਲਾਂ ਚੋਂ ਲਾ ਤੇ ਹੁੰਦੀ ਹੈ ਕੋਈ ਨਹੀਂ ਅੱਛੇ ਬੋਤਲਾਂ ਪੋਤਲਾਂ ਨਹੀਂ ਹੁੰਦੀਆਂ ਹਾਂ ਕੀ ਪਿਆਉਂਦੇ ਹਾਂ ਦੁੱਧ ਹਾਂ ਦੁੱਧ ਤੇ ਵਿੱਚ ਪਾਣੀ ਪਾ ਲੈਣਾ ਜੇ ਗਰਮੀ ਹੋਵੇ ਤੇ ਪਾਣੀ ਪਾ ਲੈਣਾ ਪਤਲਾ ਕਰ ਲੈਣਾ ਥੋੜਾ ਦੁੱਧ ਛੋੜਾ ਬਣਾ ਲੈਣਾ ਹਲੋ ਠੀਕ ਇਹ ਉਹ ਵਿੱਚ ਖੰਡ ਖੰਡ ਤੇ ਹੁੰਦੀ ਕੋਈ ਨਹੀਂ ਸ਼ੱਕਰ ਠੀਕ ਹੈ ਪਾ ਕੇ ਦੇ ਜਾ ਕੇ ਪਿਆਣੀ ਅੱਛਾ ਚਲ ਜੇ ਪੀ ਲਈ ਹਾਂ ਤੇ ਮਿੱਠੇ ਪਿਆਉ ਹੂੰ ਉਹਨੂੰ ਅਹੀ ਜਰਦਾ ਹੁੰਦੇ ਠੀਕ ਹੈ ਤੇ ਲੂਣ ਵਾਲੇ ਠੀਕ ਹੋ ਗਿਆ ਇੱਕ ਕੜਾ ਹੋਣਾ ਹੂੰ ਹੂੰ ਉਹਦੇ ਵਿੱਚ ਧਰ ਲੈਣੇ ਵੱਡੇ ਉਤਤ ਦੇ ਦੇ ਠੀਕ ਦੋ ਵਿੱਚ ਤੁਹਾਡੇ ਵਰਗੇ ਚੌਰੀ ਬਹਿ ਜੇ ਨੇ ਉਹਨਾਂ ਘਰ ਘਰ ਕੇ ਦਈ ਹੋਣੀ ਹੈ ਇੰਜ ਦਾ ਤੇ ਦੇਸੀ ਕਿਉਂ ਦੇਸ ਅੱਛਾ ਜੀ ਹਾਂ ਤੇ ਫਿਰ ਜੇ ਕਿਹੜੀ ਵੱਡੇ ਦੇਣ ਚਾਹਨਾ ਹੂੰ ਤੇ ਉਹ ਉਹ ਤੇ ਦੁੱਧ ਦੇਣਾ ਕਰ ਹੂੰ ਸਾਰੀ ਸਾਰੀ ਮਾਂ ਦਾ ਦੁੱਧ ਦੇਣਾ ਉਹਨਾਂ ਰੇੜਕਾਂ ਦੇ ਵੱਡੇ ਮੱਖਾ ਹੋਣਾ ਅੱਛਾ ਕਿ ਉਹ ਲੱਸੀ ਦੇਣੀ ਤੇ ਚੰਨਾਂ ਦੇ ਮੱਖਣ ਦੇਣਾ ਸਹੀ ਹੋ ਗਿਆ ਇਹ ਨਾਲੇ 100 100 ਬੰਦਾ ਨਹੀਂ ਸੀ ਚੌਰੀ ਆਉਂਦਾ ਕਿੰਨੇ ਕਿੰਨੇ ਹੁੰਦੇ ਬਸ 30 40 ਹੋਣ ਵਰਗਾ ਕੰਮ ਨਹੀਂ ਸੀ ਕਿ ਦੋ ਦੋ ਚਾਂਚਾ ਹਾਂ ਜੀ ਹੁਣ ਕਿਤੇ ਕਿਤੇ ਇਹ ਕੰਮ ਥੋੜੇ ਬੰਦੇ ਹੁੰਦੇ ਤੇ ਕਿਉਂ ਉਹਦੇ ਫਿਰ ਲੋਟਿਆਂ ਚ ਪਾ ਪਾ ਕੇ ਪੀਂਦੇ ਹੋਣੇ ਹਾਂ ਤੇ ਇਹ ਉਹਨੂੰ ਡਾਲਟਾ ਕਿਉਂ ਵੀ ਹੁੰਦਾ ਹੈ ਪਤਾ ਹੀ ਨਹੀਂ ਜਿਆਹੀ ਖਾ ਲੈਂਦੇ ਆਂਦੇ ਆ ਬਿਮਾਰ ਹੋ ਜਾਂਦੇ ਅੱਛਾ ਜੀ ਨਾ ਖਾਂਗੇ ਜੀ ਉਹਨੂੰ ਜੀ ਪਾ ਖਾਂਗੇ ਨਹੀਂ ਹੁਣ ਤੇ ਟਾਈਮ ਹੋ ਗਿਆ ਨਾ ਖੰਗਨ ਦਾਦਾ ਤੁਹਾਨੂੰ ਸਿਹਤ ਦੇਵੇ ਅੱਛਾ ਦੱਸੋ ਮੰਗਣੀ ਮੰਗਣੀ ਜਦੋਂ ਕਰਦੇ ਹਨ ਹੂੰ ਨਾਈ ਨੂੰ ਕਰਨਾ ਤੇ ਮਰਾਸੀ ਨੂੰ ਕਰਨਾ ਇਹ ਮੰਗਣੀ ਕਰਨ ਵਾਲੀ ਆਖਣਾ ਕੋਈ ਬੱਚਾ ਵੇਖਿਓ ਮੈਂ ਧੀ ਦਾ ਨਕਾ ਕਰਨਾ ਠੀਕ ਹੈ ਉਹਨਾਂ ਵੇਖ ਕੇ ਉਹਨਾਂ ਦੱਸਣਾ ਠੀਕ ਹੈ ਤੇ ਉਹਨਾਂ ਆਖਣਾ ਜੀ ਚੌਰੀ ਸਾਹਿਬ ਬੜਾ ਅੱਛਾ ਹੂੰ ਬੜੇ ਭਲੇ ਮਾਸ ਜੀ ਨੇ ਹੇ ਹੇ ਤੇ ਲਾਗੀ ਕਰਦੇ ਸਨ ਆਪ ਧੀ ਵਾਲੇ ਜਾਂਦੇ ਨਹੀਂ ਸਨ ਠੀਕ ਅੱਛਾ ਲਾਗੀ ਹੀ ਕਰਦਾ ਲਾਗੀ ਇਹਨਾਂ ਬਸ ਫਿਰ ਆਪਣਾ ਵੀ ਧਿਆਨ ਮਾਰਨਾ ਫਿਰ ਹਾਂ ਹਾਂ ਉਹਨਾਂ ਬਸ ਆਹ ਕਰ ਦੇਣੀ ਜੇ ਆਹ ਕਰ ਲੈਣੀ ਮੁਕਰਣਾ ਨਹੀਂ ਭਾਵੇਂ ਦਾ ਸੈਟ ਹੋ ਗਿਆ ਅੱਛਾ ਜੀ ਇਹ ਕਿੰਦੀ ਗੱਲ ਪੱਕੀ ਹੁੰਦੀ ਪੱਕੀ ਇਹ ਮੁਕਰਣਾ ਇਹ ਹਉਣ ਵਾਲਾ ਕੰਮ ਨਹੀਂ ਕਦੇ ਹੋ ਗਈ ਤੇ ਕਦੇ ਟੁੱਟ ਗਈ ਨਾ ਨਾ ਇਹ ਤਾਂ ਘਾੜੀ ਕੋ ਨਹੀਂ ਗੱਲ ਤੇ ਪੂਰਾ ਹੁੰਦਾ ਨਾ ਪੂਰਾ ਠੀਕ ਹੋ ਗਿਆ ਅਸੀਂ ਤੁਹਾਨੂੰ ਆਪਣੇ ਵਾਲ ਦੀ ਗੱਲ ਕਰਨ ਹਾਂ ਹਾਂ ਦੂਜਿਆਂ ਚੰਦ ਬੰਦਿਆਂ ਦੀ ਗੱਲ ਕਰਨ ਹਾਂ ਹਾਂ ਜਿਹੜੀ ਮੂੰਹ ਨਾਲ ਆਖ ਲੈਣੀ ਹੈ ਹਮਮ ਔਰ ਤੇ ਉਹਨਾਂ ਪੈਰਾ ਦੇਖਣ ਪੂਰਾ ਉਤਰਨਾ ਪੂਰਾ ਹੁਣ ਤੇ ਇੱਕ ਕਿਸੇ ਕੋਲ ਲੈ ਲਈ 400 ਰੁਪਇਆ ਹਮ ਕੋਈ ਯਾਰ ਮੇਰੀ ਬੰਦੀ ਟੱਕ ਲੈਣੀ ਸਹੀ ਸਿੱਕੀ ਜਾਏਗੀ ਹਮਮ ਐਸੇ ਜਾਂਨੇ ਆ ਸਾਡੇ ਤੋਂ ਫੋਨ ਦੀ ਹਾ ਰਾਤਾਂ ਦੇ ਵਿੱਚ ਹਾਂ ਤੇ ਉਦੋਂ ਜੁਮਾ ਸ਼ੁਮਾ ਕਿੱਥੇ ਪੜਨ ਜਾਂਦੇ ਹੋ ਜਦੋਂ ਛੋਟੇ ਹੁੰਦੇ ਨੇ ਅਜਾ ਜੁਮਾ ਮਿਤਰਾਣੀ ਪੜਨ ਜਾਂਦਾ ਇਹ ਜੰਗਖੜ ਇਹ ਵੱਡੀ ਮਸਜਿਦਾਂ ਉੱਥੇ ਹੀ ਹੁੰਦੀਆਂ ਇੱਕੋ ਮਸਜਿਦ ਇਸ ਉਹ ਜਿਹੜੀ ਦਾਰੇ ਦੇ ਕੋਲ ਦਾਰੇ ਕੋਲ ਬਸ ਅੱਛਾ ਉੱਥੇ ਜੁਮਾ ਪੈਂਦਾ ਚਲੋ ਇਹ ਜੰਗਖੜ ਗਖੜ ਕਿਹੜੀ ਮਸਜਿਦ ਹੁੰਦੀ ਹੈ ਜਿੱਥੇ ਮੌਲਾ ਦਾ ਸ਼ਾਹ ਪੜਦਾ ਅੱਛਾ ਇਹ ਪੁਰਾਣੀ ਮਸਜਿਦ ਹੈ ਬੋਰ ਵਾਲੀ ਅੱਛਾ ਉੱਥੇ ਜਾਂਦੇ ਹਾਂ ਜੁਮਾ ਸ਼ੁਮਾ ਪੈਂਦਾ